ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਪਾਰਕਲਿੰਗ ਕਿਡਸ ਦਾ ਫਾਊਂਡੇਸ਼ਨ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ CBSE ਬੋਰਡ ਦੇ 10ਵੀਂ ਕਲਾਸ ਦੇ ਨਤੀਜੇ ਵਿੱਚ ਮਾਰੀਆਂ ਮੱਲਾਂ, ਲੜਕੇ ਰਹੇ ਮੋਹਰੀ। ਪ੍ਰਿੰਸੀਪਲ ਸ਼੍ਰੀਮਤੀ ਹਰਮਨਦੀਪ ਕੌਰ ਹਰੀਕਾ ਨੇ ਨਤੀਜੇ ਘੋਸ਼ਿਤ ਕਰਦੇ ਹੋਏ ਕਿਹਾ ਕਿ ਸਕੂਲ ਦਾ ਨਤੀਜਾ 100% ਰਿਹਾ ਹੈ। ਇਸ ਸਾਲ ਸਕੂਲ ਦੇ 110 ਵਿਦਿਆਰਥੀਆਂ ਨੇ 10ਵੀਂ ਦੀ CBSE ਬੋਰਡ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਵਿਦਿਆਰਥੀ ਵਿਵਾਨ ਜਿੰਦਲ ਨੇ 96% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥੀ ਯਦੂਵੰਸ਼ ਸਿੰਗਲਾ ਨੇ 95.8% ਅੰਕ ਲੈ ਕੇ ਦੂਜੇ ਸਥਾਨ ਤੇ ਰਿਹਾ। ਵਿਦਿਆਰਥਣਾਂ ਐਸ਼ਮੀਤ ਕੌਰ ਅਤੇ ਤਰਨਪ੍ਰੀਤ ਕੌਰ ਨੇ 95.6% ਅੰਕ ਲੈ ਕੇ ਤੀਜੇ ਸਥਾਨ ਤੇ ਰਹੀਆਂ। ਪ੍ਰਿੰਸੀਪਲ ਨੇ ਬੱਚਿਆਂ ਤੇ ਮਾਪਿਆਂ ਨੂੰ, ਸਟਾਫ ਨੂੰ ਵਧਾਈ ਦਿੱਤੀ। ਪਾਤਰਾਂ ਤੋਂ ਸਤਪਾਲ ਗਰਗ ਦੀ ਰਿਪੋਰਟ। ਦਾ ਇੱਕ ਮਿੰਟ ਰੁਕੋ, ਮੈਨੂੰ ਕੱਢ ਲੈ। ਹਾਂਜੀ, ਜਿਹੜਾ ਮੈਟ੍ਰਿਕ ਦਾ ਰਿਜ਼ਲਟ ਕੀ ਸੀ ਆਪਣਾ ਜਿਹੜਾ
ਜਿਹੜਾ 10th ਕਲਾਸ ਦਾ CBSE 23-24 ਦਾ ਰਿਜ਼ਲਟ ਹੈ ਉਹ ਬਹੁਤ ਅੱਛਾ ਰਿਹਾ, ਜਿਹਦੇ ਵਿੱਚ 110 ਬੱਚਿਆਂ ਨੇ ਪੇਪਰ ਦਿੱਤੇ 10th ਬੋਰਡ ਦੇ, ਜਿਹੜਾ ਬੋਰਡ ਦਾ ਰਿਜ਼ਲਟ ਆ ਉਹ 100% ਰਿਹਾ, ਜਿਸ ਵਿੱਚੋਂ ਵਿਵਾਨ ਜਿੰਦਲ ਬੱਚਾ ਉਹਦੇ 96% ਲੈ ਕੇ ਉਸ ਬੱਚੇ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰੇ ਪਲੇਸ ਦੇ ਉੱਪਰ ਜਦੋਂ ਵੰਸ਼ ਸਿੰਗਲਾ ਵਿਦ 95.8 ਰਿਹਾ। ਤੀਸਰੇ ਸਥਾਨ ਦੇ ਉੱਪਰ ਐਸ਼ਮੀਤ ਕੌਰ ਐਂਡ ਤਰਨਪ੍ਰੀਤ ਕੌਰ ਦੋ ਬੱਚੇ ਰਹੇ ਨੇ ਵਿਦ 95.6। ਇਸ ਤੋਂ ਬਿਨਾਂ ਜਿਹੜਾ ਇਸ ਸਾਲ ਦਾ ਸਾਡਾ 110 ਬੱਚਿਆਂ ਨੇ ਪਾਰਟੀਸਪੇਟ ਕੀਤਾ, ਜਿਹਦੇ ਵਿੱਚੋਂ 7 ਵਿਦਿਆਰਥੀ ਨੇ ਜਿਨ੍ਹਾਂ ਦਾ 95 ਤੋਂ ਅਬਵ ਜਿਹੜੇ ਨੰਬਰ ਲੈ ਕੇ ਉਹ ਬੱਚੇ ਪਾਸ ਹੋਏ ਨੇ। 10 ਬੱਚੇ ਨੇ ਜਿਹੜੇ ਉਹ 90% ਤੋਂ, 18 ਬੱਚੇ 85% ਤੋਂ, 20 ਬੱਚੇ 80% ਤੋਂ, 21 ਬੱਚੇ 75% ਤੋਂ, 18 ਬੱਚੇ 70% ਤੋਂ ਪ੍ਰਾਪਤ ਹੋਏ ਨੇ। ਤੋ ਇਟ ਮੀਨਸ ਸਾਰੇ ਬੱਚੇ 100% ਨੰਬਰ ਲੈ ਕੇ ਉਹਨਾਂ ਨੇ ਰਿਜ਼ਲਟ 100% ਸਕੂਲ ਦਾ ਜਿਹੜਾ ਰਿਜ਼ਲਟ ਆ ਉਹ ਦਿੱਤਾ। ਇਸ ਤੋਂ ਬਿਨਾਂ ਕਈ ਬੱਚਿਆਂ ਨੇ 100 out of 100 ਇਨ ਮੈਥਸ, ਪੰਜਾਬੀ, ਇੰਗਲਿਸ਼, ਉਹ ਵੀ ਵੱਖ ਵੱਖ ਵਿਸ਼ਿਆਂ 'ਚੋਂ ਆਪਣੇ ਨੰਬਰ ਨੇ ਜਿਹੜੇ ਉਹ ਲਏ ਨੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਰਿਜ਼ਲਟ ਆ ਉਹ ਬਹੁਤ ਅੱਛਾ ਇਸ ਏਰੀਏ ਨੂੰ ਦਿੱਤਾ ਹੈ। ਸੋ ਬੱਚੇ ਨੇ ਜਿਹੜੇ ਉਹ ਵੱਖ ਵੱਖ ਇੰਸਟੀਚਿਊਟਸ ਦੇ ਵਿੱਚ ਚਲੇ ਗਏ ਨੇ। ਅੱਛਾ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਵੀ ਸਾਡਾ 12th ਕਲਾਸ ਦਾ ਰਿਜ਼ਲਟ ਅਸੀਂ ਅਨਾਊਂਸ ਕੀਤਾ, ਸੋ ਉਹ ਵੀ ਸਾਡਾ ਰਿਜ਼ਲਟ ਬਹੁਤ ਅੱਛਾ ਰਿਹਾ, ਜਿਹਦੇ 'ਚੋਂ ਅਸੀਂ ਪਾਤੜਾ ਰੀਜਨ 'ਚੋਂ ਕਾਮਰਸ ਅਤੇ ਹਿਊਮੈਨਿਟੀਜ਼ 'ਚੋਂ ਵਿਦ 96.6% ਪਾਤੜਾ ਏਰੀਏ 'ਚੋਂ ਅਸੀਂ ਪਹਿਲੇ ਸਥਾਨ ਦੇ ਉੱਪਰ ਰਹੇ ਹਾਂ। 12ਵੀਂ ਜਮਾਤ ਦਾ ਨਤੀਜਾ ਜਿਹੜਾ ਕੱਲ੍ਹ ਘੋਸ਼ਿਤ ਅਸੀਂ ਕੀਤਾ ਉਹਦੇ ਵਿੱਚੋਂ ਹਿਊਮੈਨਿਟੀਜ਼ ਜਿਹਨੂੰ ਆਪਾਂ ਆਰਟਸ ਕਹਿ ਦਿੰਦੇ ਹਾਂ ਉਹ ਵੀ ਸਾਡਾ ਬੱਚਾ ਮਹਿਕਪ੍ਰੀਤ ਕੌਰ 96.6 ਲੈ ਕੇ ਉਸ ਬੱਚੇ ਦਾ ਰਿਜ਼ਲਟ ਆਇਆ। ਸੇਮ ਸਾਹਿਲ ਸਿੰਗਲਾ ਸਾਡਾ ਬੱਚਾ, ਉਹਦਾ ਵੀ ਕਾਮਰਸ ਦਾ ਰਿਜ਼ਲਟ 96.6 ਰਿਹਾ। ਸੋ ਇਸ ਰਿਜ਼ਲਟ ਨਾਲ ਅਸੀਂ ਪਾਤੜਾ ਏਰੀਏ 'ਚੋਂ ਕਾਮਰਸ ਐਂਡ ਆਰਟਸ ਦੇ ਵਿੱਚੋਂ ਸਾਡੇ ਸਕੂਲ ਨੇ ਟੌਪ ਕੀਤਾ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਸਾਲ ਅਸੀਂ ਬੜੇ ਅੱਛੇ ਰਿਜ਼ਲਟਸ ਇਸ ਏਰੀਏ ਨੂੰ ਦਿੰਦੇ ਹਾਂ। ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਅੱਛੇ ਰਿਜ਼ਲਟਸ ਐਂਡ ਇਸ ਇਲਾਕੇ ਦੀ ਜਿਹੜੀ ਸੇਵਾ ਉਹ ਕਰਦੇ ਰਹਾਂ। ਇਹਦੇ ਨਾਲ ਮੈਂ ਮਾਪਿਆਂ ਨੂੰ, ਬੱਚਿਆਂ ਨੂੰ, ਟੀਚਰ ਸਾਹਿਬਾਨ ਨੂੰ ਅਤੇ ਮੈਨੇਜਮੈਂਟ ਨੂੰ ਬਹੁਤ ਜ਼ਿਆਦਾ ਵਧਾਈ ਦਿੰਦੀ ਹਾਂ। ਧੰਨਵਾਦ ਜੀ।